ਸਤਿਗੁਰੂ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਹੋ ਠੀਕ ਠਾਕ ਹੀ ਹੋ ਗਏ ਅੱਜ ਦਾ ਲੈ ਕੇ ਨਵਾਂ ਵਲੌਗ ਤੁਹਾਡੇ ਲਈ ਹਾਜ਼ਰ ਹੋ ਗਏ ਹਾਂ ਕੀ ਹੈ ਵਲੌਗ ਅੱਜ ਦਾ ਆਈ ਡੋਂਟ ਨੋ ਕੀ ਕਰਨਾ ਕੁਝ ਨਹੀਂ ਪਤਾ ਕੁਝ ਕਰਾਂਗੇ ਇਹ ਪਤਾ ਕੁਝ ਇੰਟਰਸਟਿੰਗ ਕਰਾਂਗੇ ਇਹ ਵੀ ਪਤਾ ਇਹ ਨਹੀਂ ਪਤਾ ਵਿਊ ਕਿੰਨੇ ਕੁ ਤੁਸੀਂ ਦਿਓਗੇ ਇਹ ਨਹੀਂ ਪਤਾ ਕਿਉਂਕਿ ਤੁਸੀਂ ਸ਼ੇਅਰ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਆਪਾਂ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਜਿਹੜੇ ਵਹਿੰਦੇ ਪਏ ਆ ਉਹਨਾਂ ਲਈ ਹੈ ਜਿਹੜੇ ਨਹੀਂ ਵਹਿੰਦੇ ਰਹੇ ਉਹਨਾਂ ਨਹੀਂ ਗਾ ਅਤੇ ਸੋ ਆਪਾਂ ਬ੍ਰੇਕਫਾਸਟ ਕਰ ਲਿਆ ਵਾ ਨਾਲਿਆ ਵਾ ਮੁੱਛਾਂ ਗਾਲੀਆਂ ਖੜੀਆਂ ਅਤੇ ਆਪਾਂ ਚੱਲਦੇ ਹਾਂ ਕਿਤੇ ਕਿਤੇ ਪਾਸੇ ਅਤੇ ਆਓ ਅੱਗੇ ਦਾ ਵਲੌਗ ਕਰੀਏ ਸ਼ੁਰੂ ਅਤੇ ਫਿਰ ਕੀ ਕਰਨਾ ਫਿਰ ਆਪਾਂ ਕੁਛ ਨਾ ਕੁਛ ਘੈਂਟ ਜਿਹਾ ਕਰਦੇ ਹਾਂ ਲਓ ਜੀ ਗੁਰਲਾਭ ਦਾ ਫੋਨ ਆਇਆ ਕਹਿੰਦਾ ਮੈਨੂੰ ਲਓ ਜੀ ਗੁਰਲਾਭ ਦਾ ਆ ਚੁੱਕਾ ਫੋਨ ਕਹਿੰਦਾ ਆਓ ਚੱਲੀਏ ਕਿਤੇ ਅਤੇ ਚਲੋ ਹੁਣ ਉਹਨੂੰ ਲੈਣ ਚੱਲੀਏ ਆਓ ਫਿਰ ਲੈ ਕੇ ਆਈਏ ਉਹਨੂੰ ਗੁਰਲਾਭ ਕੋਲ ਆ ਗਏ ਸੀ ਗੁਰਲਾਭ ਜੀ ਇੱਕ ਸੋਚ ਕਹਿੰਦਾ ਕਿ ਆਪਾਂ ਲਾਇਬ੍ਰੇਰੀ ਜਾਣਾ ਲਾਇਬ੍ਰੇਰੀ 'ਚ ਲੈਣ ਲੱਗੇ ਬੁੱਕਾਂ ਸਟੱਡੀ ਕਰਨੀ ਹੋਣਾ ਸੀ ਅਤੇ ਤਾਂ ਗੁਰਲਾਭ ਰਹੀ ਲੱਗੇ ਬੁੱਕ ਕੱਢਣ ਮੈਂ ਵੀ ਲੱਭਦਾ ਅਤੇ ਸੋ ਆਪਾਂ ਆਏ ਹੋਏ ਕਿੱਥੇ ਸ਼ਹਿਰ 'ਚ ਇਹ ਸ਼ਹਿਰ ਕਾਫੀ ਦੂਰ ਆ ਜਾਂਦਾ ਅਤੇ ਅਸੀਂ ਆਏ ਸੀ ਮੈਂ ਅਤੇ ਗੁਰਲਾਭ ਆ ਗੁਰਲਾਭ ਲਿਆ ਅਤੇ ਅਸੀਂ ਤੁਹਾਨੂੰ ਕੁਛ ਵਿਖਾਉਣ ਆਏ ਹਾਂ ਕੁਛ ਇੰਟਰਸਟਿੰਗ ਪੁਰਾਣਾ ਮਤਲਬ ਕਿ ਕੁਛ ਪੁਰਾਣਾ ਮਤਲਬ ਕਿ ਆਪਣੇ ਕਲਚਰ ਨਾਲ ਜੁੜਿਆ ਹੋਇਆ ਉਸ ਚੀਜ਼ ਦੇ ਬਾਰੇ ਗੱਲ ਕਰਨਾ ਹੈ ਲਓ ਬਈ ਆਹ ਗੇਟ ਦੇ ਅੰਦਰ ਹੈਗਾ ਖਜ਼ਾਨਾ ਅਤੇ ਇਹਦੇ ਅੰਦਰ ਸਭ ਕੁਛ ਪੁਰਾਣਾ ਰੱਖਿਆ ਹੈ ਤੁਸੀਂ ਗੇਟ ਵੇਖ ਸਕਦੇ ਜੀ ਪਹਿਲਾਂ ਅਤੇ ਚਲੋ ਗੁਰਲਾਭ ਸਿੰਘ ਜੀ ਕਰੋ ਓਪਨ ਚਲੋ ਬਈ ਅਤੇ ਆ ਜਾਓ ਇੱਧਰ ਪਹਿਲਾਂ ਥੋੜ੍ਹਾ ਜਿਹਾ ਪਿਆ ਹੋਇਆ ਵਾ ਕਪੜੇ ਮਤਲਬ ਕਿ ਇਹ ਅਲਮਾਰੀ ਹੁੰਦੀ ਸੀ ਉਸ ਟਾਈਮ ਦੀ ਅਲਮਾਰੀਆਂ ਤੁਸੀਂ ਵੇਖ ਸਕਦੇ ਅੰਦਰੋਂ ਇੱਦਾਂ ਦੀ ਹੁੰਦੀ ਸੀ ਇਹਦੇ ਵਿੱਚ ਇਹੋ ਹੀ ਫਰਿੱਜਾਂ ਹੁੰਦੀਆਂ ਸੀਗੀਆਂ ਇਹੋ ਹੀ ਕੱਪੜੇ ਵਾਲੀ ਅਲਮਾਰੀ ਹੁੰਦੀ ਸੀ ਠੀਕ ਆ ਅਤੇ ਇਹਦੇ ਵਿੱਚ ਸਾਰਾ ਕੁਛ ਰੱਖਦੇ ਹੁੰਦੇ ਅਤੇ ਇੱਧਰ ਆ ਜਾਓ ਪੁਰਾਣੇ ਸੋਚ ਇਹਨੂੰ ਕਹਿੰਦੇ ਆ ਠੀਕ ਆ ਆਹ ਸੋਚਣੇ ਪੁਰਾਣੇ ਇੱਦਾਂ ਦੇ ਹੁੰਦੇ ਪੁਰਾਣੇ ਟਾਈਮ ਦੀ ਕਿਚਨ ਰਸੋਈ ਇਹ ਹੁੰਦੇ ਓਲਡ ਟਾਈਮ ਦਾ ਤੇ ਚੌਂਕਾ ਇਹਨੂੰ ਕਹਿ ਦਿੰਦੇ ਆ ਠੀਕ ਆ ਤੇ ਆਹ ਵੇਖ ਲਾ ਇੱਧਰ ਦੀ ਸਾਰਾ ਆਰ ਪਾਰ ਦੇਖ ਸਕਦਾ ਅੰਦਰ ਆਇਓ ਖਾਈਏ ਇਹਦੇ ਵਿੱਚ ਜੋ ਵੀ ਲੂਣ ਮਿਰਚ ਮਸਾਲਾ ਜੋ ਵੀ ਹੁੰਦਾ ਇਹਦੇ ਵਿੱਚ ਰੱਖਿਆ ਜਾਂਦਾ ਹੁਣ ਤਾਂ ਆਹ ਸਾਰਾ ਕੁਛ ਰੱਖਿਆ ਆਹ ਵੇਖੋ ਇੱਥੇ ਇਹਦੇ ਵਿੱਚ ਅੱਗ ਬਾਲ ਕੇ ਰੱਖ ਦਿੰਦੇ ਰਾਤ ਨੂੰ ਅਤੇ ਇੱਧਰ ਆ ਜਾਓ ਆਹਦੋਂ ਦੇ ਮਤਲਬ ਕਿ ਕੌਲੀਆਂ ਪਰਾਤਾਂ ਸਿਲਵਰ ਦੀਆਂ ਇਹਨਾਂ ਵਿੱਚ ਸਬਜ਼ੀਆਂ ਰੱਖੀਆਂ ਜਾਂਦੀਆਂ ਇਹਨਾਂ ਰਾਹੀਂ ਵਰਤਾਈਆਂ ਜਾਂਦੀਆਂ ਸੀ ਅਤੇ ਆਹ ਜੱਗ ਪਤੀਲੇ ਠੀਕ ਆ ਅਤੇ ਉਹ ਥੱਲੇ ਠਾਲੀਆਂ ਪਈਆਂ ਅਤੇ ਆਹ ਵੇਖ ਲਓ ਆਹ ਗਲਾਸ ਲੱਸੀ ਵਾਲੇ ਕਿਲੋ ਕਿਲੋ ਦੇ ਠੀਕ ਆ
ਤੇ ਆ ਤਾਂ ਮੈਂ ਟਿਫਨ ਦਿਖਾਈ ਦਿੱਤਾ ਉਹ ਵੱਡਾ ਹੀ ਛੋਟਾ ਥੋੜਾ ਤੇ ਆ ਗਾਗਰ ਖੜਾ ਆ ਗਾਗਰ ਹੈ ਗਾਗਰ ਇਹ ਗਾਗਰ ਆ ਇਹਨੂੰ ਕਹਿ ਦਿੰਦੇ ਹੁੰਦੇ ਗਾਗਰ ਉਹ ਗਾਣਾ ਹੈ ਮੈਨੂੰ ਗਾਣੇ ਚੇਤਾ ਭੁੱਲ ਗਿਆ ਗਾਣਾ ਹੁੰਦਾ ਹੈ ਗਾਗਰ ਤੇ ਆ ਕੜਾਈਆਂ ਆ ਪੀੜੀ ਹੈ ਇੱਥੇ ਬਹਿ ਨਹੀਂ ਸਕਦੇ ਇਹ ਮਤਲਬ ਕਿ ਜਿਹੜੀਆਂ ਲੇਡੀਜ਼ ਹੁੰਦੀਆਂ ਇੱਥੇ ਬਹਿ ਕੇ ਚੁੱਲ੍ਹੇ ਦਾ ਕੰਮ ਕਰਦੀਆਂ ਤੇ ਆ ਗੱਡੀਆਂ ਪਤੀਲੀਆਂ ਇੱਥੇ ਚੁੱਲ੍ਹੇ ਵਿੱਚ ਆ ਕੇ ਤੇ ਆ ਸਟੂਪ ਰੇਂਜ ਉੱਡ ਜਾਂਦੀ ਫਿਰ ਇਹਨਾਂ ਤੋਂ ਚੇਂਜਿੰਗ ਹੁੰਦੀ ਠੀਕ ਹੈ ਇੱਧਰ ਪਿੱਛੋਂ ਪਿੱਛੋਂ ਵੇਖ ਲਓ ਸਿੰਪਲ ਜਿਹਾ ਟੀਵੀ ਹੈ ਜ਼ਿਆਦਾ ਵੱਡੀ ਨਹੀਂ ਅਤੇ ਉਸ ਟਾਈਮ ਦਾ ਟੀ ਵੀ ਹੈ ਅਤੇ ਆਹ ਚੀਜ਼ ਪਤਾ ਨਹੀਂ ਕੀ ਇਹ ਪੀਪੇ ਜਿਹਨਾਂ ਵਿੱਚ ਕੋਈ ਚੀਜ਼ਾਂ ਰੱਖੀਆਂ ਜਾਂਦੀਆਂ ਪਤਾ ਨਹੀਂ ਇੱਧਰੋਂ ਹੀ ਪਤਾ ਨਹੀਂ ਉਹ ਇੱਧਰੋਂ ਨਹੀਂ ਬਾਈ ਇਹ ਪਤਾ ਨਹੀਂ ਓਪਨ ਕਿਵੇਂ ਹੋਣਾ ਓਪਨ ਤਾਂ ਨਹੀਂ ਪਤਾ ਸਾਨੂੰ ਕਿਵੇਂ ਹੋਣਾ ਨਹੀਂ ਹੁੰਦਾ ਬਾਈ ਓਪਨ ਨਹੀਂ ਹੋ ਰਿਹਾ ਹਾਲੇ ਚੱਲ ਕੋਈ ਨਾ ਛੱਡੋ ਅਤੇ ਆਪਣੇ ਅਮੈਰੀਕਨ ਹੈ ਨਾ ਇਹ ਅਮੈਰੀਕਨ 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 ਨੇ ਸਾਰੇ ਇਹ ਬਾਕੀ ਆਪਾਂ ਨੂੰ ਜ਼ਿਆਦਾ ਤਾਂ ਨਹੀਂ ਪਤਾ ਸਾਨੂੰ ਜਿਹੜੇ ਬਾਈ ਕਹਿੰਦਾ ਕਿ ਆ ਮੈਂ ਐਕਸਪੋਰਟ ਬਾਹਰੋਂ ਕਰਾਏ ਆ ਦੇਖੋ ਤੁਸੀਂ ਠੀਕ ਹੈ ਸੋਹਣੇ ਆ ਤੇ ਇਹਨਾਂ ਖੋਲ ਨਹੀਂ ਸਕਦੇ ਨਾ ਉਦੋਂ ਉੱਡ ਜਾਣਾ ਅੱਗੇ 25 ਉੱਡ ਗਏ ਬਾਈ ਦੇ ਅੱਗੇ ਦੋ ਬੈਠੇ ਹੋਏ ਤੇ ਇੱਕ ਉਹ ਲੱਗ ਕੇ ਬੈਠਾ ਠੀਕ ਹੈ ਤੇ ਆ ਜਿਹੜੇ ਹੈਗੇ ਥੱਲੇ ਮਤਲਬ ਕਹਿੰਦੇ ਬਾਈ ਮੇਰੇ ਉੱਡ ਗਏ ਨੇ ਅੱਧੇ ਅਤੇ ਉਹ ਬਿੱਲੀ ਬਿੱਲੀ ਵੜ ਗਈ ਸੀ ਅਤੇ ਅੱਧੇ ਉੱਡ ਗਏ ਨੇ ਮੇਰੇ ਅਤੇ ਆਹ ਕਲਕੱਤੇ ਹੋ ਕਲਕੱਤੇ ਆਏ ਨੇ ਕਲਕੱਤੇ ਇਹ ਕਲਕੱਤੇ ਆਏ ਨੇ ਜੀਰੇ ਜੀ ਕਿਸੇ ਕੋਲ ਪੜਾ ਸੀਗਾ ਫਸਟ ਉਮਰ ਸੀ ਇਹਦਾ ਹੁਣ ਸਾਡੇ ਨਾਂ ਤੇ ਆ ਕਿਹੜਾ ਮਾਡਲ ਆਹ 1972 ਮਾਡਲ 72 ਕਾਪੀ ਸਭ ਕੁਛ ਨਾਂ ਵਾਲੇ ਕਰਦਾ ਵਰਕਿੰਗ ਆ ਇੱਥੇ ਖੜੇ ਨੂੰ ਮੈਂ ਕਨੇਡਾ ਸੀਗਾ ਜਿਸੋਂ ਕਿਸੇ ਨੇ ਚਲਾਏ ਨਹੀਂ ਮਾਡਲ ਆਹ ਹੈਗਾ ਵਾ 65 ਮਾਡਲ ਆਹ ਵੈਸਪਾ ਵਾ ਇਹ ਆਹ ਪ੍ਰਿਆ ਨਹੀਂ ਗਾ ਅਹ ਆਹ ਪ੍ਰਿਆ ਵਾ ਪਰ ਵੇਖਣ ਨੂੰ ਸੇਮ ਲੱਗਦੇ ਇਹਦੀ ਇਹ ਛੇ ਫਰਕ ਆ ਬਜਾਜ ਵਾਲਿਆਂ ਨੇ ਸਭ ਤੋਂ ਪਹਿਲਾਂ ਕੱਢਿਆ ਸੀਗਾ ਵੈਸਪਾ ਉਸ ਤੋਂ ਬਾਅਦ ਜਿਹੜੇ MLML ਕੀ ਕੰਪਨੀ ਜਿਹੜੀ ਉਹਨਾਂ ਨੇ ਵੈਸਪਾ ਕੱਢਿਆ ਸੀ ਸਭ ਤੋਂ ਪਹਿਲਾਂ ਇਹੀ ਹੈਗਾ ਸੀ ਦੇਖ ਸਕਦੇ ਬਾਈ ਨੇ ਕਿੰਨੀ ਵਧੀਆ ਚੀਜ਼ਾਂ ਸਾਂਭ ਕੇ ਰੱਖੀਆਂ ਪੁਰਾਣੀਆਂ ਪੁਰਾਣੀਆਂ ਅਤੇ ਇਹਨਾਂ ਦੇ ਫਾਦਰ ਸਾਹਿਬ ਦਾ ਤੁਹਾਡੇ ਪੜਦਾਦਾ ਜੀ ਆਹ ਪੜਦਾਦਾ ਜੀ ਦਾ ਸਾਂਭ ਕੇ ਦੇਖੋ ਇਹ ਕੰਡੀਸ਼ਨ ਵੀ ਪਈ ਇਹ ਇਹ ਵੀ ਵਰਕਿੰਗ ਦੇ ਵਿੱਚ ਇਹ ਵੀ ਵਰਕਿੰਗ ਪਹਿਲੀ ਗੇਟ ਦੇ ਨਾਲ ਸਟਾਰਟ ਹੋਇਆ ਸਾਰਿਆਂ ਨੂੰ ਸ਼ਾਮ ਦੀ ਹੀ ਠੀਕ ਆ ਤੇ ਸੋ ਤੁਹਾਨੂੰ ਸਾਰਾ ਵਿਖਾ ਚੁੱਕੇ ਆ ਅਤੇ ਕੁਛ ਰਹਿ ਗਿਆ ਅਜੇ ਕੁਛ ਥੋੜ੍ਹਾ ਸਮਾਨ ਆ ਰਿਹਾ ਇੱਥੇ ਅਤੇ ਉਹ ਤੁਹਾਨੂੰ ਨੈਕਸਟ ਵਲੋਗ ਵਿੱਚ ਵਿਖਾਵਾਂਗੇ ਅਤੇ ਸੋ ਤੁਹਾਨੂੰ ਇੱਥੋਂ ਦੀ ਲੋਕੇਸ਼ਨ ਵੀ ਦੇ ਦਾਂਗੇ ਠੀਕ ਆ ਅਤੇ ਲੋਕੇਸ਼ਨ ਦੇ ਕੇ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰਿਆ ਜੇ ਬਾਈ ਕੋਲ
ਤੇ ਲੋਕੇਸ਼ਨ ਤੁਹਾਨੂੰ ਦੱਸਾਂ ਕਿੱਥੇ ਆ, ਹਜੇ ਨਹੀਂ ਮੈਂ ਦੱਸ ਨਹੀਂ ਕਿੱਥੇ ਆ ਕਿਉਂਕਿ ਪਹਿਲਾਂ ਬਾਈ ਨੂੰ ਪੁੱਛਣਾ ਕਿ ਇੱਥੇ ਕੋਈ ਆ ਪਈ ਕਿ ਨਾ, ਕਿਉਂਕਿ ਉਹ ਤਾਂ ਆਪਣੇ ਯਾਰ ਬੇਲੀ ਸ਼ੁਰੂ ਰਹੇ ਇਕੱਠੇ ਰਹੇ ਹਾਂ, ਅਤੇ ਸੋ ਇਸੇ ਕਰਕੇ ਆਪਾਂ ਨਹੀਂ ਦੱਸਣਾ ਕਿੱਥੇ ਆ, ਠੀਕ ਹੈ ਨਾ। ਅਤੇ ਬਾਕੀ ਜਿਹਨੂੰ ਵਲੋਗ ਵਧੀਆ ਲੱਗਾ ਜ਼ਰੂਰ ਲਾਈਕ, ਅਤੇ ਇਸ ਲਈ 200 ਲਾਈਕ ਤਾਂ ਬਣਦਾ। ਅਤੇ ਆਓ, ਅਤੇ ਸੋ ਹੁਣ ਆਪਾਂ ਫਾਈਨਲ ਗਿਆ ਇਸ ਆ ਗਏ ਆਪਾਂ ਸ਼ਹਿਰ ਤੋਂ ਬਾਹਰ, ਅਤੇ ਸੋ ਹੁਣ ਮੈਂ ਕਿਹਨੂੰ ਜਾ ਰਿਹਾ, ਮੈਂ ਗੁਰਲਾਬ ਨੂੰ ਛੱਡਣ ਜਾ ਰਿਹਾ ਹਾਂ ਉਹਦੇ ਘਰੇ, ਲੇਟ ਬਹੁਤ ਹੋ ਗਏ ਅਤੇ ਠੰਡ ਲੱਗਣ ਲੱਗ ਪਈ ਹੁਣ ਜੈਕਟ ਪਾਈ ਆਪਾਂ, ਅਤੇ ਇਹ ਫੋਨ ਤਾਂ ਪਤਾ ਨਹੀਂ ਕਿੰਨੇ ਨੂੰ ਲੱਗਾ ਹੋਇਆ, ਕੋਈ 11 ਵਜੇ ਨੂੰ ਲੱਗਾ, ਸੱਚ ਬਾਟਦਾ ਨਾ ਹੁਣ ਬਾਟ ਸਾਹਿਬ ਦੀ ਕਾਲ ਆਈ ਹੋਈ, ਅਤੇ ਬਾਟ ਸਾਹਿਬ ਨੂੰ ਜ਼ਰੂਰ ਇੱਕ ਮਿਲੋ, ਅਤੇ ਚਲੋ ਫਿਰ ਮਿਲਦੇ ਅੱਗੇ। ਸੋ ਫਾਈਨਲੀ ਗਾਈਸ ਆਪਾਂ ਕਿੱਥੇ ਆ ਗਏ ਹਾਂ, ਘਰੇ ਗੁਰਲਾਬ ਨੂੰ ਆਉਂਦਾ ਛੱਡ। ਸੋ ਹੁਣ ਆਪਾਂ ਕਰਨ ਲੱਗੇ ਹਾਂ ਡਿਨਰ ਕਰ ਲਈਏ ਅਤੇ ਫਿਰ ਮਿਲਦੇ ਹਾਂ ਆਪਾਂ। ਉਹ ਆਪਾਂ ਡਿਨਰ ਕਰ ਲਿਆ ਏ ਅਤੇ ਹੁਣ ਲੱਗੇ ਆਪਾਂ ਕੀ ਕਰਨ ਲੱਗੇ ਹਾਂ, ਸੌਣ। ਪਹਿਲਾਂ ਕਰਾਂਗੇ ਵਲੌਗ ਐਡਿਟ। ਹੋਪ ਸਾਰਿਆਂ ਵਲੌਗ ਵਧੀਆ ਲੱਗਾ ਹੋਇਆ ਵਾ, ਅਤੇ ਲਾਈਕ ਵਧੀਆ ਲੱਗਾ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਅਤੇ ਹੋਰ ਇੱਦਾਂ ਦੇ ਰੋਜ਼ ਦੇ ਰੋਜ਼ ਆਪਾਂ ਵਲੌਗ ਲੈ ਕੇ ਆਉਂਦੇ ਰਹਾਂਗੇ, ਅਤੇ ਆਪਣੇ ਚੈਨਲ ਨੂੰ ਪੂਰੀ ਸਪੋਰਟ ਕਰੋ ਅਤੇ ਹੋਰ ਅੱਗੇ ਸ਼ੇਅਰ ਕਰਿਆ ਕਰੋ। ਅਤੇ ਚਲੋ ਜੋ ਵੀ ਆ, ਮਿਲਦੇ ਫਿਰ ਅਗਲੇ ਕੋਲ ਕੁਛ। ਬਾਏ ਬਾਏ, ਗੁੱਡ ਨਾਈਟ, ਟੇਕ।